ਚੰਡੀਗੜ੍ਹ ਦੇ ਇਲਾਂਟੇ ਮਾਲ ਦੇ ਵਿੱਚ ਬੀਤੇ 3 ਦਿਨ ਪਹਿਲਾਂ ਇੱਕ ਹਾਦਸਾ ਹੋਇਆ ਸੀਗਾ, ਜਿਹਦੇ ਵਿੱਚ ਇੱਕ ਪਿੱਲਰ ਦੇ ਗ੍ਰਿਲ ਜਿਹੜੀ ਹੈ, ਜਿਹੜੀ ਟਾਈਲ ਹੈ, ਗ੍ਰੇਨਾਈਟ ਟਾਈਲ, ਉਹ ਅਚਾਨਕ ਗਿਰ ਗਈ ਸੀ, ਜਿਹਦੇ ਵਿੱਚ 13 ਸਾਲ ਦੀ ਜਿਹੜੀ ਮਾਇਸ਼ਾ ਦੀਕਸ਼ਿਤ ਹੈ ਅਤੇ ਉਹਦੀ ਮਾਸੀ ਸੁਰਭੀ ਜੈਨ, ਉਹਨਾਂ ਨੂੰ ਸੱਟਾਂ ਵੱਜੀ ਸੀ। ਹਾਲਾਂਕਿ ਮਾਇਸ਼ਾ ਦੀਕਸ਼ਿਤ ਦੇ ਰਿਪਸ 'ਤੇ ਫ੍ਰੈਕਚਰ ਹੋਇਆ ਸੀਗਾ ਅਤੇ ਉਹਦੀ ਜਿਹੜੀ ਮਾਸੀ ਹੈ ਉਸਨੂੰ ਸਿਰ 'ਤੇ ਟਾਂਕੇ ਲਾਏ ਸੀ। ਹਾਲਾਂਕਿ ਇਸ ਪੂਰੇ ਮਾਮਲੇ ਨੂੰ ਵੈਰੀਫਾਈ ਕਰਨ ਤੋਂ ਬਾਅਦ ਹੁਣ ਚੰਡੀਗੜ੍ਹ ਪੁਲਿਸ ਨੇ ਮਾਮਲਾ ਦਰਜ ਕੀਤਾ। ਸਾਡੇ ਨਾਲ ਡਿਪਟੀ ਸੁਪਰਡੈਂਡੈਂਟ ਆਫ ਪੁਲਿਸ ਸਾਡੇ ਨਾਲ ਨੇ। ਦਿਲਬਾਗ ਸਰ, ਕਿਉਂਕਿ ਇਹ ਪੂਰਾ ਮਾਮਲਾ ਤੁਹਾਡੇ ਸੰਗਿਆਨ 'ਚ ਆਇਆ ਸੀਗਾ, ਇਨਵੈਸਟੀਗੇਸ਼ਨ 'ਚ ਕਿਸ ਤਰ੍ਹਾਂ ਦੀ ਚੀਜ਼ ਆਈ ਅਤੇ ਹੁਣ ਕੀ ਕਾਰਵਾਈ ਕੀਤੀ? ਜੀ, ਇਹ ਸਾਨੂੰ ਕੰਪਲੇਂਟ ਮਿਲੀ ਸੀਗੀ ਅਤੇ ਦੈਨ ਵੀ ਵੇਰੀਫਾਈਡ ਦਾ ਫੈਕਟਸ, ਅਤੇ ਕੰਪਲੇਂਟ ਮਿਲਣ ਤੋਂ ਬਾਅਦ ਆਫਟਰ ਦਾ ਵੇਰੀਫਿਕੇਸ਼ਨ ਨਾਓ ਵੀ ਹੈਵ ਰਜਿਸਟਰਡ ਦਾ ਐਫ ਆਈ ਆਰ ਅੰਡਰ ਰੈਲੇਵੈਂਟ ਸੈਕਸ਼ਨਸ 125A 125B, ਦੈਟ ਇਜ਼ ਐਕਸੀਡੈਂਟਲ ਹਰਟ। ਠੀਕ ਹੈ, ਅਤੇ ਇਨਵੈਸਟੀਗੇਸ਼ਨ ਇਜ਼ ਵਿਦ ਦਾ PS ਇੰਡਸਟਰੀਅਲ ਏਰੀਆ, ਇਨਵੈਸਟੀਗੇਸ਼ਨ ਇਜ਼ ਔਨ ਨਾਓ। ਠੀਕ ਹੈ, ਅਤੇ ਸਰ ਇਹਦੇ ਕਿਹਦੇ ਕਿਹਨਾਂ ਦੇ ਖਿਲਾਫ਼ ਇਹ ਕੀਤੀ ਹੈ, ਕਿਉਂਕਿ ਇੱਕ ਲਾਪਰਵਾਹੀ ਦੇ ਤਹਿਤ ਜਿਹੜੀ ਤੁਸੀਂ ਮਾਮਲਾ ਜਿਹੜਾ ਦਰਜ ਕੀਤਾ ਗਿਆ? ਇਹ ਸੁਰਭੀ ਜੈਨ ਨੇ ਜਿਹੜੀ ਕੰਪਲੇਂਟ ਕੀਤੀ ਆ, ਜਿਹੜੀ ਇੱਕ ਬੱਚੀ ਆ 13 ਸਾਲ ਦੀ ਅਤੇ ਉਹਦੀ ਮੌਸੀ ਆ ਇਹ ਸੁਰਭੀ ਜੈਨ, ਦੇਵਰ ਦੇਰ, ਜਦੋਂ ਇਹ ਟਾਈਲ ਡਿੱਗੀ ਆ ਉਹਨਾਂ ਦੇ ਸਿਰ 'ਚ ਵੱਜੀ ਆ ਕੇ ਅਤੇ ਬੱਚੀ ਦੇ ਵੀ ਲੱਗੀ ਥੋੜ੍ਹੀ ਚੋਟ ਰਿਪਸ 'ਤੇ, ਅਤੇ ਇਹ ਉਹਨਾਂ ਨੇ ਜਿਹੜੇ ਓਨਰ ਨੇ ਅਲੰਤੇ ਮੌਲ ਦੇ ਅਤੇ ਜਿਹੜੀ ਉਹਨਾਂ ਦੀ ਮੈਨੇਜਮੈਂਟ ਆ, ਇਹਨਾਂ ਨੇ ਉਹਨਾਂ ਦੇ ਅਗੇਂਸਟ ਕੰਪਲੇਂਟ ਦਿੱਤੀ ਹੈ, ਦੈਟ ਹੈਜ਼ ਬੀਨ ਲੌਸ, FIR ਹੈਜ਼ ਬੀਨ ਲੌਸਡ ਅਗੇਂਸਟ। ਤੇ ਸਰ ਇਹ ਸਾਰਾ ਵੈਰੀਫਾਈ ਕੀਤਾ ਗਿਆ ਸੀਗਾ, ਕਿਸੇ ਤਰ੍ਹਾਂ ਦੀ ਹੋਰ ਅੱਗੇ ਤੋਂ ਨਾ ਇਨ ਫਿਊਚਰ ਹੋਵੇ ਉਹਨੂੰ ਵੀ ਜਿਹੜਾ ਹੈਗਾ ਉਹ ਕਰ ਰਹੀ ਹੈ ਚੰਡੀਗੜ੍ਹ ਪੁਲਿਸ? ਦੈਟ ਵੀ ਵਿਲ ਸੀ ਇਨ ਦਾ ਇਨਵੈਸਟੀਗੇਸ਼ਨ। ਓਕੇ, ਸਟਿਲ ਇਨਵੈਸਟੀਗੇਸ਼ਨ ਇਜ਼ ਪੈਂਡਿੰਗ, ਉਹ ਅਸੀਂ ਇਨਵੈਸਟੀਗੇਸ਼ਨ 'ਚ ਦੇਖਾਂਗੇ, ਦੈਟ ਵਿਲ ਬੀ ਪਾਰਟ ਆਫ ਇਨਵੈਸਟੀਗੇਸ਼ਨ। ਠੀਕ ਹੈ ਸਰ, ਦੋ ਲੋਕਾਂ ਨੂੰ ਇਹਦੇ ਵਿੱਚ ਇੰਜਰੀ ਹੋਈ ਸੀ, ਤਾਂ ਸੁਰਭੀ ਜੈਨ 'ਤੇ ਕੰਪਲੇਂਟ 'ਤੇ ਹੋਈ ਹੈ ਜਾਂ ਫਿਰ ਮਾਇਰਾ ਦੇ 13 ਸਾਲ ਦੀ ਬੱਚੀ ਹੈ? ਨਹੀਂ, ਜਿਹੜੀ ਸੁਰਭੀ ਜੈਨ ਨੇ ਸ਼ੀਜ਼ ਦੀ ਕੰਪਲੇਨੈਂਟ, ਉਹਨਾਂ ਨੇ ਆਪਦੀ ਨੀਜ਼ ਦੇ ਨਾਂ ਵਿੱਚ ਲਿਖਿਆ ਕੰਪਲੇਂਟ। ਠੀਕ ਹੈ, ਤੇ ਬਿਲਕੁਲ ਜਿੱਦਾਂ ਸਰ ਨੇ ਦੱਸਿਆ ਕਿ ਪੂਰਾ ਇਹਦੇ ਵਿੱਚ ਪੂਰੇ ਵੈਰੀਫਾਈ ਕੀਤੇ ਗਏ ਨੇ ਫੈਕਟ, ਹੁਣ ਮਾਮਲਾ ਜਿਹੜਾ ਉਹ ਦਰਜ ਕੀਤਾ ਗਿਆ। ਅਸਰ ਕਿਹੜੇ ਕਿਹੜੇ ਸੈਕਸ਼ਨ ਇਹਦੇ ਵਿੱਚ ਲਾਏ ਗਏ ਨੇ? ਇਹਦੇ ਵਿੱਚ 125A ਐਂਡ 125B BNS 2023। ਠੀਕ ਹੈ ਸਰ, ਇਹ ਕਿਸ ਧਾਰਾਵਾਂ ਦੇ ਤਹਿਤ ਆਉਂਦਾ, ਕਿਉਂਕਿ BNS ਹੁਣ ਨਵੀਂ ਜਿਹੜੀ ਧਾਰਾਵਾਂ ਹੈ? ਇਹ ਜਿਵੇਂ ਪਹਿਲਾਂ ਪੁਰਾਣੀ ਸਾਡੀ ਧਾਰਾ ਹੁੰਦੀ ਸੀ 337-338 IPC, ਦੇ ਆਰ ਇਕੁਅਲੈਂਟ ਟੂ ਦੈਟ। ਠੀਕ ਹੈ, ਤੇ ਬਿਲਕੁਲ ਜਿੱਦਾਂ ਸਰ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਜਿਹੜੀ ਇਨਵੈਸਟੀਗੇਸ਼ਨ ਹੋਈ ਔਰ ਕਈ ਚੀਜ਼ਾਂ ਨੂੰ ਲੈ ਕੇ ਜਿਹੜਾ ਹੈਗਾ ਉਹ ਪੂਰਾ ਵੈਰੀਫਾਈ ਕੀਤਾ ਗਿਆ, ਤੇ ਹੁਣ ਚੰਡੀਗੜ੍ਹ ਪੁਲਿਸ ਇੰਡਸਟਰੀਅਲ ਏਰੀਆ ਥਾਣੇ ਦੇ ਵਿੱਚ ਇੱਕ ਕੰਪਲੇਂਟ ਹੋਈ ਹੈ, ਜਿਹਦੇ ਵਿੱਚ ਸੁਰਭੀ ਜੈਨ ਜਿਹੜੀ 13 ਸਾਲ ਦੀ ਬੱਚੀ ਹੈ ਉਹਦੀ ਮਾਸੀ ਹੈ, ਉਹਨੂੰ ਵੀ ਸਰ 'ਤੇ ਜਿਹੜੀ ਲੱਗੇ ਸੀ, ਸੱਟ ਲੱਗੀ ਸੀ, ਉਹਦੇ ਬਿਹਾਫ 'ਤੇ ਮਾਮਲਾ ਦਰਜ ਕੀਤਾ ਗਿਆ, ਅਤੇ ਇਨਵੈਸਟੀਗੇਸ਼ਨ ਹਜੇ ਚੱਲ ਰਹੀ ਹੈ, ਹੋਰ ਵੀ ਚੀਜ਼ਾਂ ਨੂੰ ਲੈ ਕੇ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ। ਅਗੇਨ ਇਨ ਫਿਊਚਰ ਇਹ ਚੀਜ਼ਾਂ ਨਾ ਹੋਣ ਉਹਨੂੰ ਲੈ ਕੇ ਵੀ ਪੁਲਿਸ ਹੁਣ ਵੈਰੀਫਾਈ ਕਰਦੀ ਨਜ਼ਰ ਆ ਰਹੀ। ਚੰਡੀਗੜ੍ਹ ਦੇ ਇਲਾਂਟੇ ਮਾਲ ਦੇ ਵਿੱਚ ਬੀਤੇ 3 ਦਿਨ ਪਹਿਲਾਂ ਇੱਕ ਹਾਦਸਾ ਹੋਇਆ ਸੀਗਾ, ਜਿਹਦੇ ਵਿੱਚ ਇੱਕ ਪਿੱਲਰ ਦੇ ਗ੍ਰਿਲ ਜਿਹੜੀ ਹੈ, ਜਿਹੜੀ ਟਾਈਲ ਹੈ, ਗ੍ਰੇਨਾਈਟ ਟਾਈਲ, ਉਹ ਅਚਾਨਕ ਗਿਰ ਗਈ ਸੀ, ਜਿਹਦੇ ਵਿੱਚ 13 ਸਾਲ ਦੀ ਜਿਹੜੀ ਮਾਇਸ਼ਾ ਦੀਕਸ਼ਿਤ ਹੈ ਅਤੇ ਉਹਦੀ ਮਾਸੀ ਸੁਰਭੀ ਜੈਨ, ਉਹਨਾਂ ਨੂੰ ਸੱਟਾਂ ਵੱਜੀ ਸੀ। ਹਾਲਾਂਕਿ ਮਾਇਸ਼ਾ ਦੀਕਸ਼ਿਤ ਦੇ ਰਿਪਸ 'ਤੇ ਫ੍ਰੈਕਚਰ ਹੋਇਆ ਸੀਗਾ ਅਤੇ ਉਹਦੀ ਜਿਹੜੀ ਮਾਸੀ ਹੈ ਉਸਨੂੰ ਸਿਰ 'ਤੇ ਟਾਂਕੇ ਲਾਏ ਸੀ। ਹਾਲਾਂਕਿ ਇਸ ਪੂਰੇ ਮਾਮਲੇ ਨੂੰ ਵੈਰੀਫਾਈ ਕਰਨ ਤੋਂ ਬਾਅਦ ਹੁਣ ਚੰਡੀਗੜ੍ਹ ਪੁਲਿਸ ਨੇ ਮਾਮਲਾ ਦਰਜ ਕੀਤਾ। ਸਾਡੇ ਨਾਲ ਡਿਪਟੀ ਸੁਪਰਡੈਂਡੈਂਟ ਆਫ ਪੁਲਿਸ ਸਾਡੇ ਨਾਲ ਨੇ। ਦਿਲਬਾਗ ਸਰ, ਕਿਉਂਕਿ ਇਹ ਪੂਰਾ ਮਾਮਲਾ ਤੁਹਾਡੇ ਸੰਗਿਆਨ 'ਚ ਆਇਆ ਸੀਗਾ, ਇਨਵੈਸਟੀਗੇਸ਼ਨ 'ਚ ਕਿਸ ਤਰ੍ਹਾਂ ਦੀ ਚੀਜ਼ ਆਈ ਅਤੇ ਹੁਣ ਕੀ ਕਾਰਵਾਈ ਕੀਤੀ? ਜੀ, ਇਹ ਸਾਨੂੰ ਕੰਪਲੇਂਟ ਮਿਲੀ ਸੀਗੀ ਅਤੇ ਦੈਨ ਵੀ ਵੇਰੀਫਾਈਡ ਦਾ ਫੈਕਟਸ, ਅਤੇ ਕੰਪਲੇਂਟ ਮਿਲਣ ਤੋਂ ਬਾਅਦ ਆਫਟਰ ਦਾ ਵੇਰੀਫਿਕੇਸ਼ਨ ਨਾਓ ਵੀ ਹੈਵ ਰਜਿਸਟਰਡ ਦਾ ਐਫ ਆਈ ਆਰ ਅੰਡਰ ਰੈਲੇਵੈਂਟ ਸੈਕਸ਼ਨਸ 125A 125B, ਦੈਟ ਇਜ਼ ਐਕਸੀਡੈਂਟਲ ਹਰਟ। ਠੀਕ ਹੈ, ਅਤੇ ਇਨਵੈਸਟੀਗੇਸ਼ਨ ਇਜ਼ ਵਿਦ ਦਾ PS ਇੰਡਸਟਰੀਅਲ ਏਰੀਆ, ਇਨਵੈਸਟੀਗੇਸ਼ਨ ਇਜ਼ ਔਨ ਨਾਓ। ਠੀਕ ਹੈ, ਅਤੇ ਸਰ ਇਹਦੇ ਕਿਹਦੇ ਕਿਹਨਾਂ ਦੇ ਖਿਲਾਫ਼ ਇਹ ਕੀਤੀ ਹੈ, ਕਿਉਂਕਿ ਇੱਕ ਲਾਪਰਵਾਹੀ ਦੇ ਤਹਿਤ ਜਿਹੜੀ ਤੁਸੀਂ ਮਾਮਲਾ ਜਿਹੜਾ ਦਰਜ ਕੀਤਾ ਗਿਆ? ਇਹ ਸੁਰਭੀ ਜੈਨ ਨੇ ਜਿਹੜੀ ਕੰਪਲੇਂਟ ਕੀਤੀ ਆ, ਜਿਹੜੀ ਇੱਕ ਬੱਚੀ ਆ 13 ਸਾਲ ਦੀ ਅਤੇ ਉਹਦੀ ਮੌਸੀ ਹੈ ਇਹ ਸੁਰਭੀ ਜੈਨ, ਦੇਵਰ ਦੇਰ, ਜਦੋਂ ਇਹ ਟਾਈਲ ਡਿੱਗੀ ਆ ਉਹਨਾਂ ਦੇ ਸਿਰ 'ਚ ਵੱਜੀ ਆ ਕੇ ਅਤੇ ਬੱਚੀ ਦੇ ਵੀ ਲੱਗੀ ਥੋੜ੍ਹੀ ਚੋਟ ਰਿਪਸ 'ਤੇ, ਅਤੇ ਇਹ ਉਹਨਾਂ ਨੇ ਜਿਹੜੇ ਓਨਰ ਨੇ ਅਲੰਤੇ ਮੌਲ ਦੇ ਅਤੇ ਜਿਹੜੀ ਉਹਨਾਂ ਦੀ ਮੈਨੇਜਮੈਂਟ ਆ,
ਇਹਨਾਂ ਨੇ ਉਹਨਾਂ ਦੇ ਅਗੇਂਸਟ ਕੰਪਲੇਂਟ ਦਿੱਤੀ ਹੈ, ਦੈਟ ਹੈਜ਼ ਬੀਨ ਲੌਸਟ, ਐਫ ਆਈ ਆਰ ਹੈਜ਼ ਬੀਨ ਲੌਸਟ ਅਗੇਂਸਟ ਦੈਟ। ਸਰ ਇਹ ਸਾਰਾ ਵੈਰੀਫਾਈ ਕੀਤਾ ਗਿਆ ਸੀਗਾ ਕਿਸੇ ਤਰ੍ਹਾਂ ਦੀ ਹੋਰ ਅੱਗੇ ਤੋਂ ਨਾ ਇਨ ਫਿਊਚਰ ਹੋਵੇ, ਉਹਨੂੰ ਵੀ ਜਿਹੜਾ ਹੈਗਾ ਉਹ ਕਰ ਰਹੀ ਹੈ ਚੰਡੀਗੜ੍ਹ ਪੁਲਿਸ? ਦੈਟ ਵੀ ਵਿਲ ਸੀ ਇਨ ਦਾ ਇਨਵੈਸਟੀਗੇਸ਼ਨ। ਓਕੇ, ਸਟਿਲ ਇਨਵੈਸਟੀਗੇਸ਼ਨ ਇਜ਼ ਪੈਂਡਿੰਗ, ਉਹ ਅਸੀਂ ਇਨਵੈਸਟੀਗੇਸ਼ਨ 'ਚ ਦੇਖਾਂਗੇ, ਦੈਟ ਵਿਲ ਬੀ ਪਾਰਟ ਆਫ ਇਨਵੈਸਟੀਗੇਸ਼ਨ। ਠੀਕ ਹੈ ਸਰ, ਦੋ ਲੋਕਾਂ ਨੂੰ ਇਹਦੇ ਵਿੱਚ ਇੰਜਰੀ ਹੋਈ ਸੀ, ਤਾਂ ਸੁਰਭੀ ਜੈਨ ਤੇ ਕੰਪਲੇਂਟ ਤੇ ਹੋਈ ਹੈ ਜਾਂ ਫਿਰ ਮਾਇਰਾ ਦੇ 13 ਸਾਲ ਦੀ ਬੱਚੀ ਹੈ? ਨਹੀਂ, ਜਿਹੜੀ ਸੁਰਭੀ ਜੈਨ ਨੇ, ਸ਼ੀ ਇਜ਼ ਦੀ ਕੰਪਲੇਨੈਂਟ, ਉਹਨਾਂ ਨੇ ਆਪਦੀ ਨੀਜ਼ ਦੇ ਨਾਂ ਵਿੱਚ ਲਿਖਿਆ ਕੰਪਲੇਂਟ। ਠੀਕ ਹੈ, ਬਿਲਕੁਲ ਜਿੱਦਾਂ ਸਰ ਨੇ ਦੱਸਿਆ ਕਿ ਪੂਰਾ ਇਹਦੇ ਪੂਰੇ ਵੈਰੀਫਾਈ ਕੀਤੇ ਗਏ ਨੇ ਫੈਕਟ, ਹੁਣ ਮਾਮਲਾ ਜਿਹੜਾ ਉਹ ਦਰਜ ਕੀਤਾ ਗਿਆ। ਅਸਰ ਕਿਹੜੇ ਕਿਹੜੇ ਸੈਕਸ਼ਨ ਇਹਦੇ ਵਿੱਚ ਲਾਏ ਗਏ ਨੇ? ਇਹਦੇ ਵਿੱਚ 125A ਐਂਡ 125B BNS 2023। ਠੀਕ ਹੈ ਸਰ, ਇਹ ਕਿਸ ਧਾਰਾਵਾਂ ਦੇ ਤਹਿਤ ਆਉਂਦਾ, ਕਿਉਂਕਿ BNS ਹੁਣ ਨਵੀਂ ਜਿਹੜੀ ਧਾਰਾਵਾਂ ਹੈ? ਇਹ ਜਿਵੇਂ ਪਹਿਲਾਂ ਪੁਰਾਣੀ ਸਾਡੀ ਧਾਰਾ ਹੁੰਦੀ ਸੀ 337-338 IPC, ਦੇ ਆਰ ਇਕੁਅਲ ਟੂ ਦੈਟ। ਠੀਕ ਹੈ, ਤੇ ਬਿਲਕੁਲ ਜਿੱਦਾਂ ਸਾਨੇ ਦੱਸਿਆ ਕਿ ਇਸ ਤਰ੍ਹਾਂ ਦੀ ਜਿਹੜੀ ਇਨਵੈਸਟੀਗੇਸ਼ਨ ਹੋਈ ਔਰ ਕਈ ਚੀਜ਼ਾਂ ਨੂੰ ਲੈ ਕੇ ਜਿਹੜਾ ਹੈਗਾ ਉਹ ਪੂਰਾ ਵੈਰੀਫਾਈ ਕੀਤਾ ਗਿਆ, ਤੇ ਹੁਣ ਚੰਡੀਗੜ੍ਹ ਪੁਲਿਸ ਇੰਡਸਟਰੀਅਲ ਏਰੀਆ ਥਾਣੇ ਦੇ ਵਿੱਚ ਇੱਕ ਕੰਪਲੇਂਟ ਹੋਈ ਹੈ, ਜਿਹਦੇ ਵਿੱਚ ਸੁਰਭੀ ਜੈਨ ਜਿਹੜੀ 13 ਸਾਲ ਦੀ ਬੱਚੀ ਹੈ, ਉਹਦੀ ਮਾਸੀ ਹੈ, ਉਹਨੂੰ ਵੀ ਸਰ ਤੇ ਜਿਹੜੀ ਲੱਗੇ ਸੀ, ਸੱਟ ਲੱਗੀ ਸੀ, ਉਹਦੇ ਬਿਹਾਫ ਤੇ ਮਾਮਲਾ ਦਰਜ ਕੀਤਾ ਗਿਆ, ਤੇ ਇਨਵੈਸਟੀਗੇਸ਼ਨ ਹਜੇ ਚੱਲ ਰਹੀ ਹੈ, ਹੋਰ ਵੀ ਚੀਜ਼ਾਂ ਨੂੰ ਲੈ ਕੇ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ। ਅਗੇਨ ਇਨ ਫਿਊਚਰ ਇਹ ਚੀਜ਼ਾਂ ਨਾ ਹੋਣ, ਉਹਨੂੰ ਲੈ ਕੇ ਵੀ ਪੁਲਿਸ ਹੁਣ ਵੈਰੀਫਾਈ ਕਰਦੀ ਨਜ਼ਰ ਆ ਰਹੀ ਹੈ।